ਰਮਜ਼ਾਨ ਸ਼ਰੀਫ ਦੇ ਬਾਅਦ ਈਦ ਦਾ ਦਿਹਾੜਾ ਆਉਣਾ ਏ, ਨਹੀਂ ਤੇ ਈਦ ਵਾਲੇ ਦਿਨ ਵੇਖ ਲਿਆ ਹੋ ਜਾਏ, ਸਾਰੀ ਦੁਨੀਆ ਨੇ ਨਵੇਂ ਕੱਪੜੇ ਪਾ ਕੇ ਖੁਸ਼ੀਆਂ ਮਨਾਉਂਦੇ ਆਉਣਾ ਏ। ਤਾਂ ਜਿਨ੍ਹਾਂ ਦੀਆਂ ਮਾਵਾਂ ਟੁਰ ਗਈਆਂ ਨੇ, ਜਿਨ੍ਹਾਂ ਦੇ ਬਾਪ ਟੁਰ ਗਏ ਨੇ, ਉਹਨਾਂ ਈਦ ਦੀ ਨਮਾਜ਼ ਪੜ੍ਹ ਕੇ ਘਰ ਨਹੀਂ ਜਾਣਾ, ਲੋਕਾਂ ਨੇ ਘਰ ਵੱਲ ਜਾਣਾ, ਉਹਨਾਂ ਕਬਰਸਤਾਨ ਵੱਲ ਜਾਣਾ ਏ। ਸਾਰੀ ਦੁਨੀਆ ਨੇ ਖੁਸ਼ੀਆਂ ਮਨਾਉਂਦੇ ਆਉਣਾ ਏ, ਉਹਨਾਂ ਨੇ ਆਪਣੀ ਮਾਂ ਦੀ ਬਾਪ ਦੀ ਕਬਰ ਤੇ ਬੈਠ ਕੇ ਰੋਂਦੇ ਆਉਣਾ ਏ। ਉਹਨਾਂ ਨੂੰ ਈਦ ਵੀ ਈਦ ਨਹੀਂ ਲੱਗਦੀ, ਉਹ ਜਿਨ੍ਹਾਂ ਦੀਆਂ ਮਾਵਾਂ ਤੇ ਬਾਪ ਟੁਰ ਜਾਂਦੇ ਨੇ, ਉਹਨਾਂ ਨੂੰ ਈਦ ਦੀਆਂ ਖੁਸ਼ੀਆਂ ਵੀ ਖੁਸ਼ ਨਹੀਂ ਕਰਦੀਆਂ। ਫਰਮਾਉਂਦੇ ਨੇ ਮਰੇ ਬਈ ਮਾਂ ਪੇ ਮੁਕੇ ਦੇ ਵੀਰ ਮਰਨ ਬੇੜਾ ਵੇਲਾ ਏ ਪਾਉ ਮਰੇ ਪਾਉ ਮਰੇ ਮੁਹੰਮਦ ਬੈਠਾ ਮੁੱਕ ਜਾਂਦਾ ਜੇ ਮੇਲਾ ਇਹ ਪਾਈ ਪਾਉਮਰੇ ਤੇ ਮੁਹੰਮਦ ਬੈਠਾ ਇਹ ਮੁੱਕ ਜਾਂਦਾ।